Z5 ऐप डाउनलोड करो ते देखो पूरे एपिसोड बिल्कुल फ्री। लो जी हाजिर है ताजे ताजे बेसन के लड्डू। लड्डू वाह बाऊजी वाह, उस दिवाली वाले मेले च मेरी बेइज्जती करा के थोड़ी तसली नहीं हुई। जिहड़ा तुसी इस घर च मेरे बिजनेस के मुकाबले च दुकान खुलाती। छोटी जी कुड़ी तेरे बिजनेस नाल मुकाबला, हुणे तो डर गया। डरदा कौन है, पर घर की इज्जत वास्ते सोचना पैंदा बाऊ जी। लोग की सोचणगे कि तुसी मेरे बिजनेस की चढ़ाई देख के खुश नहीं हो, इसलिए किसी होर की पिट थप्पड़ रहे हो। तुसी घर च रहना हुंदा बाऊ जी, थानू की पता मैनू बाहर जाके इस वास्ते किन्नियां किन्नियां गल्लां सुननियां पैनियां ने। पर थानू इस गल नाल की फर्क पैंदा, जे फर्क पैंदा हुंदा तां तुसी इह होण ही ना दिंदे। ਅਸੀਂ ਸਾਰੇ ਖੁਸ਼ ਹਾਂ ਰੀਤ ਦਾ ਬਿਜ਼ਨਸ ਦੇਖ ਕੇ, ਪਰ ਕਿਸੇ ਨੇ ਇਹ ਵੀ ਨਹੀਂ ਸੋਚਿਆ ਕਿ ਮੇਰੇ ਸਹੁਰੇ ਘਰ ਵਾਲੇ ਕੀ ਕਹਿਣਗੇ। ਕਿਵੇਂ ਤਾਂ ਲੱਗੇਗਾ ਉਹਨਾਂ ਨੂੰ ਕਿ ਅਸੀਂ ਘਰ ਵਿੱਚ ਹੀ ਮਿਠਾਈ ਦੀ ਦੁਕਾਨ ਖੋਲ੍ਹ ਲਈਏ, ਅਤੇ ਉੱਤੋਂ ਸਾਡੇ ਪਰਿਵਾਰ ਦਾ ਕੋਈ ਵੀ ਬੰਦਾ ਨਹੀਂ ਚਲਾ ਰਿਹਾ। ਹੇਮਾ ਸ਼ੇਰਾਵਾਲੀਏ, ਇਹ ਮੈਂ ਕੀ ਕਰ ਦਿੱਤਾ? ਇੱਥੇ ਤਾਂ ਇੱਕ ਇੱਕ ਕਰਕੇ ਸਾਰੇ ਪਰੇਸ਼ਾਨ ਹੋ ਗਏ ਨੇ ਮੇਰੇ ਕਰਕੇ। ਪਹਿਲਾਂ ਉਹ ਕੌੜਾ ਕਰੇਲਾ, ਫਿਰ ਪਲਕ ਦੀਦੀ, ਅਤੇ ਹੁਣ ਬਲਦੇਵ ਅੰਕਲ ਵੀ। ਹੁਣ ਤਾਂ ਤੂੰ ਹੀ ਕੋਈ ਰਾਹ ਦਿਖਾ ਸਕਦੀ ਹੈ ਮਾਂ ਸ਼ੇਰਾ ਵਾਲੀਏ। ਕੌਣ ਕਹਿ ਸਕਦਾ ਨਵਲਾ ਸਵੀਟ ਵਾਲਿਆਂ ਦੇ ਪਰਿਵਾਰ ਦੇ ਮੈਂਬਰ ਇੰਨੀਆਂ ਕੌੜੀਆਂ ਗੱਲਾਂ ਕਰ ਸਕਦੇ ਨੇ। ਕਿਸੇ ਦਾ ਦਿਲ ਦੁਖਾਉਣ ਲੱਗਿਆਂ ਵੀ ਇੱਕ ਵਾਰ ਵੀ ਨਹੀਂ ਸੋਚਦੇ। ਪਰ ਤੁਸੀਂ ਸਾਰੇ ਨਾ ਸੋਚੋ ਭਾਈ, ਹੈਂ ਮਿਠਾਈ ਖਾਓ ਮਿਠਾਈ। ਰੀਤ ਉਹ ਵੰਡਦੇ ਲੱਡੂ ਸਾਰਿਆਂ ਨੂੰ। ਵਿਰਾਜ ਮਿਠਾਈ ਖਾਏਗਾ? ਕੋਈ ਗੱਲ ਨਹੀਂ ਪੁੱਤ, ਤੂੰ ਮੇਰੇ ਕਮਰੇ 'ਚ ਆ, ਤੇਰੇ ਨਾਲ ਜ਼ਰੂਰੀ ਗੱਲ ਕਰਨੀ ਹੈ। ਜੀ ਬਾਊ ਜੀ। Z5 ਐਪ ਡਾਊਨਲੋਡ ਕਰੋ ਤੇ ਵੇਖੋ ਸਾਰੇ ਐਪੀਸੋਡ ਬਿਲਕੁਲ ਫ੍ਰੀ।